प्राइम इतालिया चैनल ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਇੱਕ ਵਾਰ ਫਿਰ ਹਾਜ਼ਰ ਹਾਂ ਅੱਜ ਦੀਆਂ ਕੁਝ ਖਾਸ ਨਿਊਜ਼ ਲੈ ਕੇ। ਇਸ ਤੋਂ ਪਹਿਲਾਂ ਕਿ ਆਪਾਂ ਵੀਡੀਓ ਸ਼ੁਰੂ ਕਰੀਏ, ਜੇਕਰ ਤੁਸੀਂ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਵੋ, ਅਤੇ ਜਿਨ੍ਹਾਂ ਨੇ ਚੈਨਲ ਨੂੰ ਪਹਿਲਾਂ ਹੀ ਸਬਸਕ੍ਰਾਈਬ ਕੀਤਾ ਹੈ ਵੀਡੀਓ ਨੂੰ ਲਾਈਕ ਕਰਦੇ ਹਨ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕੋਨ ਦਾ ਬਟਨ ਜ਼ਰੂਰ ਪ੍ਰੈਸ ਕਰ ਲਵੋ, ਕਿਉਂਕਿ ਇਸ ਦੇ ਨਾਲ ਜਦੋਂ ਵੀ ਅਸੀਂ ਨਵੀਂ ਵੀਡੀਓ ਅਪਲੋਡ ਕਰਦੇ ਹਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਂਦੀ ਹੈ। ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀਆਂ ਕੁਝ ਖਾਸ ਨਿਊਜ਼। ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਇਟਲੀ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਕਿੰਨੇ ਕੇਸਿਸ ਆਏ ਹਨ। ਇਟਲੀ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ 4,92,172 ਸਵੈਬ ਟੈਸਟ ਹੋਏ ਹਨ, ਅਤੇ ਜਿਨ੍ਹਾਂ ਦੇ ਵਿੱਚੋਂ 1,08,304 ਨਵੇਂ ਕੇਸਿਸ ਆਏ ਹਨ ਅਤੇ 223 ਡੈਥ ਹੋਈਆਂ ਹਨ, ਅਤੇ ਪੋਜ਼ਿਟਿਵਿਟੀ ਰੇਟ ਵੱਧ ਕੇ 22% 'ਤੇ ਪਹੁੰਚ ਚੁੱਕਾ ਹੈ। ਅਤੇ ਜੇਕਰ ਆਪਾਂ ਰੇਟ ਆਫ ਟਰਾਂਸਮਿਸ਼ਨ ਦੀ ਗੱਲ ਕਰੀਏ ਤਾਂ ਆਰ ਟੀ ਇੰਡੈਕਸ ਦੀ, ਤਾਂ ਇਹ ਵੀ ਵੱਧ ਕੇ 1.18 ਤੋਂ ਵੱਧ ਕੇ 1.47 'ਤੇ ਪਹੁੰਚ ਚੁੱਕਾ ਹੈ, ਅਤੇ ਇੰਸੀਡੈਂਟਸ ਜਿਹੜੇ ਹੈਗੇ ਆ ਉਹ ਡਬਲਸ ਹੋ ਚੁੱਕੇ ਹਨ। ਇਸ ਤੋਂ ਬਾਅਦ ਅਗਲੀ ਅਪਡੇਟ ਆ ਰਹੀ ਹੈ ਕਿ ਹੈਲਥ ਮਿਨਿਸਟਰ ਰੋਬਰਟੋ ਸਪਰੈਂਸਾ ਜੀ ਦੁਆਰਾ ਇੱਕ ਆਰਡੀਨੈਂਸ ਸਾਈਨ ਕੀਤਾ ਗਿਆ ਹੈ, ਜਿਸ ਦੇ ਅਨੁਸਾਰ ਅਗਲੀ ਮੰਡੇ ਤੋਂ ਯਾਨੀ ਕਿ ਸੋਮਵਾਰ ਤੋਂ ਜਿਹੜੀ ਵਾਈਟ ਜ਼ੋਨ ਦੇ ਵਿੱਚ ਕੁਝ 4 ਰੀਜਨਸ ਹੈਗੇ ਆ ਉਹ ਯੈਲੋ ਜ਼ੋਨ ਦੇ ਵਿੱਚ ਜਾ ਰਹੇ ਹਨ। ਇਹ ਰੀਜਨ ਹਨ ਤੁਸਕਾਨੀਆ, ਅਮੀਲੀਆ ਰੋਮਾਨੀਆ, ਅਬਰੂਸੋ ਅਤੇ ਬਾਲੇ ਦੀ ਔਸਥਾ। ਇਸ ਤੋਂ ਬਾਅਦ ਅਗਲੀ ਅਪਡੇਟ ਆਪਾਂ ਦੇਖਦੇ ਹਾਂ ਡਿਕਰੈਟੋ ਦੇ, ਜਿਹੜਾ ਨਵਾਂ ਡਿਕਰੈਟੋ ਆਇਆ ਹੈ ਉਸ ਦੇ ਅਨੁਸਾਰ ਜਿਹੜੀ ਵੈਕਸੀਨੇਸ਼ਨ ਹੈਗੀ ਆ 50 ਸਾਲ ਤੋਂ ਉੱਤੇ ਵਾਲਿਆਂ ਦੇ ਲਈ 8 ਜਨਵਰੀ ਤੋਂ ਅਬਲੀਗਾਟੋਰੀਓ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਨੋ ਵੈਕਸ ਵਾਲਿਆਂ ਦਾ ਜਿਹੜਾ ਜੇਕਰ ਉਹ ਰੂਲਸ ਨੂੰ ਫੋਲੋ ਨਹੀਂ ਕਰਦੇ, ਕੋਵਿਡ ਨਾਲ ਲਗਾਈਆਂ ਗਈਆਂ ਪ੍ਰਤੀਬੰਧ ਜਿਹੜੇ ਲਗਾਏ ਗਏ ਉਹਨਾਂ ਨੂੰ ਫੋਲੋ ਨਹੀਂ ਕਰਦੇ ਤਾਂ ਉਹਨਾਂ ਦੇ ਲਈ 100 ਯੂਰੋ ਤੋਂ ਲੈ ਕੇ 3,000 ਯੂਰੋ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਅਤੇ ਇਸ ਤੋਂ ਬਾਅਦ ਅਗਲੀ ਅਪਡੇਟ ਆ ਰਹੀ ਹੈ ਕਿ 20 ਜਨਵਰੀ ਤੋਂ ਗ੍ਰੀਨ ਪਾਸ ਜਿਹੜਾ ਹੈਗਾ ਨੋਨ ਅਸੈਂਸ਼ੀਅਲ ਦੁਕਾਨਾਂ ਸ਼ੋਪਸ ਦੇ ਵਿੱਚ ਅਤੇ ਪਰਸਨਲ ਸਰਵਿਸ ਦੇ ਵਿੱਚ ਜ਼ਰੂਰੀ ਕਰ ਦਿੱਤਾ ਗਿਆ ਹੈ। ਅਤੇ 15 ਫਰਵਰੀ ਤੋਂ 50 ਸਾਲ ਤੋਂ ਉੱਤੇ ਵਾਲਿਆਂ ਲਈ ਜਿਹੜਾ ਕੰਮਾਂ 'ਤੇ ਸੁਪਰ ਗ੍ਰੀਨ ਪਾਸ ਨੂੰ ਜ਼ਰੂਰੀ ਕਰ ਦਿੱਤਾ ਗਿਆ ਹੈ। ਜੇਕਰ ਉਹ ਕੰਮ ਵਰਕਰ ਜਿਹੜੇ ਕਿ ਗ੍ਰੀਨ ਪਾਸ ਤੋਂ ਬਿਨਾਂ ਹੋਣਗੇ ਜਾਂ ਜਿਹੜੇ ਗ੍ਰੀਨ ਪਾਸ ਦਿਖਾਉਣ ਦੇ ਵਿੱਚ ਅਸਮਰਥ ਹੋਣਗੇ ਉਹਨਾਂ ਨੂੰ ਕੰਮਾਂ ਤੋਂ ਸਸਪੈਂਸ਼ਨ ਹੋਣ ਦਾ ਵੀ ਰਿਸਕ ਹੋਵੇਗਾ। ਇਸ ਤੋਂ ਬਾਅਦ ਜੇਕਰ ਆਪਾਂ ਫਰਾਂਸ ਦੀ ਗੱਲ ਕਰੀਏ ਤਾਂ ਫਰਾਂਸ ਦੇ ਵਿੱਚ ਫਿਰ ਦੂਸਰੀ ਵਾਰ 3 ਲੱਖ ਕੇਸਿਸ ਆਏ ਹਨ, ਅਤੇ ਫਰਾਂਸ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ 3,28,214 ਐਗਜੈਕਟ ਜਿਹੜੀ ਇਹਦੀ ਕੇਸਾਂ ਦੀ ਗਿਣਤੀ ਹੈ ਉਹ ਦੱਸੀ ਗਈ ਹੈ। ਅਤੇ ਜੇਕਰ ਆਪਾਂ ਯੂਕੇ ਦੇ ਵਿੱਚ ਕੇਸਾਂ ਦੀ ਗੱਲ ਕਰੀਏ ਤਾਂ ਯੂਕੇ ਦੇ ਵਿੱਚ ਵੀ ਪਿਛਲੇ 24 ਘੰਟਿਆਂ ਦੌਰਾਨ 1,78,250 ਕੇਸਿਸ ਆਏ ਹਨ ਅਤੇ 231 ਡੈਥ ਹੋਈ ਹਨ। ਇਸ ਤੋਂ ਬਾਅਦ ਅਗਲਾ ਅਪਡੇਟ ਆ ਰਿਹਾ ਹੈ ਕਿ ਜਿਵੇਂ ਤੁਸੀਂ ਜਾਣਦੇ ਹੋ ਕਿ 10 ਜਨਵਰੀ ਤੋਂ ਕਾਫੀ ਜ਼ਿਆਦਾ ਰੀਜਨਸ ਹੈਗੇ ਆ ਜਿਨ੍ਹਾਂ ਦੇ ਵਿੱਚ ਸਕੂਲ ਖੁੱਲ੍ਹ ਰਹੇ ਹਨ, ਅਤੇ ਕੁਝ ਰੀਜਨਸ ਇਹ ਵੀ ਹਨ ਜਿਨ੍ਹਾਂ ਦੇ ਜਿਹੜੇ ਪ੍ਰੈਜ਼ੀਡੈਂਟਸ ਹੈਗੇ ਆ ਉਹ ਚਾਹੁੰਦੇ ਹਨ ਕਿ ਸਕੂਲ ਨਾ ਖੋਲ੍ਹੇ ਜਾਣ, ਅਤੇ ਇਸ ਦੇ ਲਈ ਕਾਫੀ ਜ਼ਿਆਦਾ ਬਹਿਸ ਵੀ ਹੋ ਰਹੀ ਹੈ। ਅਤੇ ਅਜਿਹੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਅਗਲੇ ਕੁਝ ਟਾਈਮ ਦੇ ਲਈ ਯਾਨੀ ਕਿ ਜਨਵਰੀ ਦੇ ਐਂਡ ਤੱਕ ਜਾਂ 24-25 ਜਨਵਰੀ ਤੱਕ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਲਿੱਤਾ ਜਾ ਸਕਦਾ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਅੰਮ੍ਰਿਤਸਰ ਹਵਾਈ ਅੱਡੇ 'ਤੇ ਕੱਲ੍ਹ ਫਿਰ ਕਰੋਨਾ ਵਿਸਫੋਟ ਹੋਇਆ ਹੈ, ਜਿਸ ਦੇ ਵਿੱਚ ਇਟਲੀ ਦੇ ਵਿੱਚੋਂ ਆਏ ਹੋਏ 300 ਯਾਤਰੀਆਂ ਦੇ ਵਿੱਚੋਂ 190 ਯਾਤਰੀ ਪੋਜ਼ਿਟਿਵ ਪਾਏ ਗਏ ਹਨ, ਅਤੇ ਲਗਾਤਾਰ ਜਿਹੜੇ ਯਾਤਰੀ ਹੈਗੇ ਆ ਕਰੋਨਾ ਪੋਜ਼ਿਟਿਵ ਪਾਏ ਜਾ ਰਹੇ ਹਨ। ਅਤੇ ਇਸ ਤੋਂ ਪਹਿਲਾਂ ਵੀ 285 ਲੋਕਾਂ ਦੇ ਟੈਸਟ ਕੀਤੇ ਗਏ ਸੀ, ਅਤੇ ਇਸ ਵੀਰਵਾਰ ਨੂੰ 125 ਲੋਕ ਇਸ ਵਿੱਚ ਪੋਜ਼ਿਟਿਵ ਪਾਏ ਗਏ ਹਨ। ਫਿਰ ਇਟਲੀ ਤੋਂ ਇੰਟਰਨੈਸ਼ਨਲ ਹਵਾਈ ਅੱਡੇ 'ਤੇ ਅੰਮ੍ਰਿਤਸਰ 'ਤੇ ਆਈ 300 ਯਾਤਰੀਆਂ ਦੀ ਫਲਾਈਟ ਦੇ ਵਿੱਚ 190 ਯਾਤਰੀ ਹੁਣ ਤੱਕ ਕਰੋਨਾ ਪੋਜ਼ਿਟਿਵ ਨਿਕਲੇ ਹਨ, ਅਤੇ ਸਿਹਤ ਵਿਭਾਗ ਵੱਲੋਂ 285 ਲੋਕਾਂ ਦੇ ਟੈਸਟ ਕੀਤੇ ਗਏ ਹਨ। ਅਤੇ ਇੰਨੀ ਵੱਡੀ ਗਿਣਤੀ ਦੇ ਵਿੱਚ ਪੋਜ਼ਿਟਿਵ ਆਉਣ ਤੋਂ ਬਾਅਦ ਲੋਕਾਂ ਦੇ ਰਿਸ਼ਤੇਦਾਰ ਜਿਹੜੇ ਹੈਗੇ ਉਹਨਾਂ ਨੇ ਏਅਰਪੋਰਟ 'ਤੇ ਕਾਫੀ ਜ਼ਿਆਦਾ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਅਤੇ ਉੱਥੇ ਦੇ ਸਿਹਤ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਹਾਲੇ ਟੈਸਟਿੰਗ ਦੀ ਪ੍ਰੋਸੈਸਿੰਗ ਚੱਲ ਰਹੀ ਹੈ, ਅਤੇ ਹੋ ਸਕਦਾ ਹੈ ਕਿ ਇਹ ਅੰਕੜਾ ਹੋਰ ਵੀ ਵੱਧ ਜਾਵੇ। ਅਤੇ ਦੱਸਿਆ ਜਾ ਰਿਹਾ ਹੈ ਕਿ 125 ਮਰੀਜ਼ ਜਿਹੜੇ ਪੋਜ਼ਿਟਿਵ ਪਾਏ ਗਏ ਹਨ, ਉਹਨਾਂ ਦੇ ਵਿੱਚੋਂ 24 ਜਿਹੜੇ ਮਰੀਜ਼ ਹੈਗੇ ਆ ਉਹਨਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਨ, ਅਤੇ 13 ਜਿਹੜੇ ਅੰਮ੍ਰਿਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਅਤੇ ਇਹਨਾਂ ਦੇ ਵਿੱਚੋਂ 11 ਲੁਧਿਆਣੇ ਜ਼ਿਲ੍ਹੇ ਦੇ ਅਤੇ 13 ਜਲੰਧਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਅਤੇ ਇਹਨਾਂ ਪੀੜਿਤਾਂ ਦੇ ਵਿੱਚ ਬੱਚੇ ਵੀ ਸ਼ਾਮਿਲ ਹਨ। ਸਾਰੇ ਹੀ ਮੁਸਾਫਰਾਂ ਨੂੰ ਆਈਸੋਲੇਟ ਕਰਕੇ ਉਹਨਾਂ ਦੇ ਆਰਟੀਪੀ ਟੈਸਟ ਵੀ ਕਰਵਾਏ ਗਏ ਹਨ। ਅਤੇ ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਦੇਰ ਰਾਤ 13 ਕਰੋਨਾ ਪੋਜ਼ਿਟਿਵ ਜਿਹੜੇ ਯਾਤਰੀ ਫਰਾਰ ਵੀ ਹੋ ਗਏ ਹਨ। ਅਤੇ ਇਹ ਵੀ ਬਿਆਨ ਕੀਤਾ ਜਾ ਰਿਹਾ ਹੈ ਕਿ ਇਟਲੀ ਤੋਂ ਅੰਮ੍ਰਿਤਸਰ ਆਈ ਫਲਾਈਟ ਦੇ ਵਿੱਚ 100 ਤੋਂ ਵੱਧ ਲੋਕਾਂ ਦੀ ਰਿਪੋਰਟ ਪੋਜ਼ਿਟਿਵ ਆਉਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ, ਅਤੇ ਫਲਾਈਟ ਦੇ ਵਿੱਚ ਸਵਾਰ ਹੋਣ ਤੋਂ ਪਹਿਲਾਂ ਕੀ ਉਹਨਾਂ ਵਿਅਕਤੀਆਂ ਦਾ ਇਟਲੀ ਦੇ ਵਿੱਚ ਕਰੋਨਾ ਟੈਸਟ ਨਹੀਂ ਹੋਇਆ ਸੀ, ਅਤੇ ਜੇਕਰ ਉੱਥੇ ਉਹਨਾਂ ਦੀ ਰਿਪੋਰਟ ਨੈਗੇਟਿਵ ਆਈ ਸੀ ਤਾਂ ਇੰਨੀ ਵੱਡੀ ਗਿਣਤੀ ਦੇ ਵਿੱਚ ਯਾਤਰੀ ਅੰਮ੍ਰਿਤਸਰ ਉੱਤਰਦੇ ਹੀ ਪੋਜ਼ਿਟਿਵ ਕਿਵੇਂ ਹੋ ਗਏ ਹਨ।
ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਓਮੀਕਰੋਨ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ ਲਗਾਤਾਰ ਯਾਤਰੀ ਜਿਹੜੇ ਹੈਗੇ ਕਰੋਨਾ ਦੀ ਲਪੇਟ ਦੇ ਵਿੱਚ ਆ ਰਹੇ ਹਨ। ਅਤੇ ਜਿੰਨੇ ਵੀ ਯਾਤਰੀ ਹਨ ਇਹਨਾਂ ਦੀ ਹਾਲਤ ਜਿਹੜੀ ਹੈਗੀ ਹੈ ਸਥਿਰ ਦੱਸੀ ਜਾ ਰਹੀ ਹੈ ਅਤੇ ਸਾਰੇ ਹੀ ਮਰੀਜ਼ਾਂ ਨੂੰ ਗੁਰੂ ਨਾਨਕ ਦੇਵ ਹੋਸਪਿਟਲ ਦੇ ਵਿੱਚ ਐਡਮਿਟ ਕਰਵਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਲੰਡਨ ਤੋਂ। ਬ੍ਰਿਟੇਨ ਦੀ ਰਾਜਧਾਨੀ ਲੰਡਨ ਦੇ ਕਈ ਹਸਪਤਾਲਾਂ ਦੇ ਵਿੱਚ ਸਟਾਫ ਦੀ ਕਮੀ ਨੂੰ ਦੇਖਦੇ ਹੋਏ ਉੱਥੇ ਦੇ ਸੈਨਿਕਾਂ ਤੋਂ ਮਦਦ ਲਈ ਜਾ ਰਹੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਕਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਦੇ ਕਾਰਨ ਬ੍ਰਿਟੇਨ ਦੇ ਵਿੱਚ ਕੋਵਿਡ-19 ਦੇ ਮਾਮਲਿਆਂ ਦੇ ਵਿੱਚ ਵਾਧੇ ਕਰਕੇ ਲੰਡਨ ਦੇ ਕਈ ਹਸਪਤਾਲਾਂ ਦੇ ਵਿੱਚ ਸਿਹਤ ਕਰਮਚਾਰੀ ਵੀ ਇਨਫੈਕਟਿਡ ਹੋ ਰਹੇ ਹਨ ਅਤੇ ਇਸੇ ਕਰਕੇ ਉਹਨਾਂ ਦੀ ਬਹੁਤ ਜ਼ਿਆਦਾ ਕਮੀ ਆ ਰਹੀ ਹੈ। ਇਸ ਤੋਂ ਬਾਅਦ ਬ੍ਰਿਟੇਨ ਦੀ ਡਿਫੈਂਸ ਮਿਨਿਸਟਰੀ ਨੇ ਕੱਲ੍ਹ ਲੰਡਨ ਦੇ ਕਈ ਹਸਪਤਾਲਾਂ ਦੇ ਵਿੱਚ 40 ਫੌਜੀ ਡਾਕਟਰ ਅਤੇ 160 ਜਿਹੜੇ ਸਿਹਤ ਕਰਮਚਾਰੀ ਹੈ ਉਹਨਾਂ ਨੂੰ ਤਾਇਨਾਤ ਕੀਤਾ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਜਿਵੇਂ ਕਿ ਕਰੋਨਾ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਦੇ ਵਾਧੇ ਕੇਸਾਂ ਨੂੰ ਦੇਖਦੇ ਹੋਏ ਸਿਹਤ ਮੰਤਰਾਲੇ ਦੇ ਦੁਆਰਾ ਭਾਰਤ ਆਉਣ ਵਾਲੇ ਸਾਰੇ ਹੀ ਇੰਟਰਨੈਸ਼ਨਲ ਯਾਤਰੀਆਂ ਨੂੰ ਹੁਣ ਆਪਣੇ ਆਪ ਨੂੰ 7 ਦਿਨਾਂ ਲਈ ਕੁਆਰੰਟਾਈਨ ਕਰਨ ਅਤੇ ਉਹਨਾਂ ਦੇ ਆਉਣ ਦੇ 8ਵੇਂ ਦਿਨ ਆਪਣਾ ਟੈਸਟ ਕਰਵਾਉਣਾ ਲਾਜ਼ਮੀ ਕੀਤਾ ਹੈ। ਅਤੇ ਸਿਹਤ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ 7 ਦਿਨਾਂ ਲਈ ਹੋਮ ਕੁਆਰੰਟਾਈਨ ਤੋਂ ਬਾਅਦ ਉਹਨਾਂ ਨੂੰ ਭਾਰਤ ਪਹੁੰਚਣ ਦੇ 8ਵੇਂ ਦਿਨ ਆਪਣਾ RT-PCR ਟੈਸਟ ਕਰਵਾਉਣਾ ਪਵੇਗਾ ਅਤੇ ਯਾਤਰੀਆਂ ਨੂੰ ਏਅਰ ਸੁਵਿਧਾ ਪੋਰਟਲ 'ਤੇ 8ਵੇਂ ਦਿਨ ਕੋਵਿਡ-19 ਲਈ ਜਿਹੜਾ ਦੁਬਾਰਾ ਰਿਪੀਟ ਕੀਤਾ ਗਿਆ RT-PCR ਟੈਸਟ ਹੈ ਉਸਦਾ ਜਿਹੜਾ ਰਿਜ਼ਲਟ ਹੈ ਉਸਨੂੰ ਏਅਰ ਸੁਵਿਧਾ ਪੋਰਟਲ 'ਤੇ ਅਪਲੋਡ ਕਰਨਾ ਹੋਵੇਗਾ ਅਤੇ ਜੇਕਰ ਉਹਨਾਂ ਦਾ ਟੈਸਟ ਨੈਗੇਟਿਵ ਆਉਂਦਾ ਹੈ ਤਾਂ ਉਹਨਾਂ ਨੂੰ ਫਿਰ ਅਗਲੇ 7 ਦਿਨਾਂ ਲਈ ਆਪਣੇ ਆਪ 'ਤੇ ਸਵੈ ਨਿਗਰਾਨੀ ਕਰਨੀ ਪਵੇਗੀ ਅਤੇ ਰਿਸਕ ਵਾਲੀ ਕੰਟਰੀਜ਼ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਇੰਡੀਆ ਪਹੁੰਚਣ 'ਤੇ ਟੈਸਟ ਕੀਤਾ ਜਾਵੇਗਾ ਅਤੇ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਉਹਨਾਂ ਨੇ ਆਪਣੀ ਟੈਸਟ ਦੀ ਬੁਕਿੰਗ ਨਹੀਂ ਕਰਵਾਈ ਤਾਂ ਉਹ ਆਪਣੀ ਟੈਸਟ ਦੀ ਬੁਕਿੰਗ ਪਹਿਲਾਂ ਹੀ ਕਰਵਾ ਲੈਣ ਅਤੇ ਪ੍ਰੈਜੈਂਟ ਟਾਈਮ ਦੇ ਵਿੱਚ ਰਿਸਕ ਵਾਲੀ ਕੰਟਰੀਆਂ ਦੇ ਵਿੱਚ ਦੀ ਲਿਸਟ ਦੇ ਵਿੱਚੋਂ ਯੂਰਪ, UK, ਦੱਖਣੀ ਅਫਰੀਕਾ, ਇਜ਼ਰਾਈਲ, ਚੀਨ, ਹਾਂਗਕਾਂਗ, ਬ੍ਰਾਜ਼ੀਲ, ਮੌਰੀਸ਼ਸ ਅਤੇ ਅਫਰੀਕਾ ਦੇ ਕਈ ਦੇਸ਼ ਸ਼ਾਮਲ ਹਨ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਚਾਈਨਾ ਤੋਂ। ਚਾਈਨਾ ਦੇ ਵਿੱਚ ਇੱਕ ਨਗਰਪਾਲਿਕਾ ਦੀ ਕੰਟੀਨ ਦੇ ਵਿੱਚ ਸ਼ੁੱਕਰਵਾਰ ਨੂੰ ਜ਼ਬਰਦਸਤ ਧਮਾਕਾ ਹੋਣ ਦੀ ਖਬਰ ਮਿਲੀ ਹੈ ਅਤੇ ਇਸ ਦੇ ਵਿੱਚ 20 ਤੋਂ ਵੱਧ ਲੋਕਾਂ ਦੇ ਫਸੇ ਹੋਣ ਦਾ ਅੰਦੇਸ਼ਾ ਹੈ ਅਤੇ ਨਗਰ ਪਾਲਿਕਾ ਵਿਭਾਗ ਨੇ ਕਿਹਾ ਹੈ ਕਿ ਇਹ ਹਾਦਸਾ ਇੱਕ ਗੈਸ ਲੀਕ ਹੋਣ ਕਰਕੇ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਲੋਕ ਕੰਟੀਨ ਦੇ ਵਿੱਚ ਖਾਣਾ ਖਾ ਰਹੇ ਸਨ ਅਤੇ ਵੱਡੀ ਗਿਣਤੀ ਦੇ ਵਿੱਚ ਉੱਥੋਂ ਲੋਕਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਹੈ ਅਤੇ ਦੱਸਿਆ ਗਿਆ ਹੈ ਕਿ ਇਸ ਵਿਸਫੋਟ ਦੇ ਵਿੱਚ 16 ਲੋਕਾਂ ਦੀ ਮੌਤ ਹੋ ਗਈ ਹੈ ਅਤੇ 10 ਲੋਕ ਜ਼ਖਮੀ ਹੋ ਗਏ ਹਨ। ਫਿਲਹਾਲ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਅਫਗਾਨਿਸਤਾਨ ਤੋਂ। ਅਫਗਾਨਿਸਤਾਨ ਦੇ ਵਿੱਚ ਇਸ ਹਫ਼ਤੇ ਦੇ ਵਿੱਚ ਕਾਫੀ ਜ਼ਿਆਦਾ ਬਰਫ਼ਬਾਰੀ ਹੋਈ ਹੈ ਅਤੇ ਹੜ੍ਹ ਕਰਕੇ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 23 ਲੋਕ ਜ਼ਖਮੀ ਹੋਏ ਹਨ ਅਤੇ ਉੱਥੇ ਦੀ ਨਿਊਜ਼ ਏਜੰਸੀ ਨੇ ਦੱਸਿਆ ਹੈ ਕਿ ਦੇਸ਼ ਦੇ ਵਿੱਚ 90% ਜਿਹੜੇ ਏਰੀਆ ਹੈਗੇ ਉਹਨਾਂ ਦੇ ਵਿੱਚ ਬਰਫ਼ਬਾਰੀ ਅਤੇ ਮੀਂਹ ਪਏ ਹਨ ਜਿਸ ਦੇ ਕਰਕੇ ਮੌਤਾਂ ਅਤੇ ਜ਼ਖਮੀਆਂ ਤੋਂ ਇਲਾਵਾ ਕਾਫੀ ਜ਼ਿਆਦਾ ਮਾਲੀ ਨੁਕਸਾਨ ਵੀ ਹੋਇਆ ਹੈ ਅਤੇ ਬਰਫ਼ਬਾਰੀ ਅਤੇ ਮੀਂਹ ਪੈਣ ਦੇ ਨਾਲ ਹਾਈਵੇ ਬੰਦ ਹੋ ਚੁੱਕੇ ਹਨ ਅਤੇ ਜਿਹੜੇ ਕਾਬੁਲ ਇੰਟਰਨੈਸ਼ਨਲ ਏਅਰਪੋਰਟ ਹੈ ਉੱਥੇ ਵੀ ਜਾਣ ਵਾਲੀਆਂ ਜਿਹੜੀਆਂ ਫਲਾਈਟਸ ਉਹਨਾਂ ਨੂੰ ਵੀ ਸਸਪੈਂਡ ਕਰਨਾ ਪਿਆ ਹੈ। ਇਹ ਸੀ ਅੱਜ ਦੀਆਂ ਕੁਝ ਖਾਸ ਨਿਊਜ਼। ਹੁਣ ਆਪਾਂ ਦੇਖ ਲੈਂਦੇ ਹਾਂ ਅੱਜ ਦੇ ਕਰੰਸੀ ਰੇਟਸ। ਨਿਊਜ਼ੀਲੈਂਡ ਦੇ ਡਾਲਰ ਦਾ ਰੇਟ ਚੱਲ ਰਿਹਾ 50 ਰੁਪਏ 27 ਪੈਸੇ। ਦੁਬਈ ਦੇ ਦਰਾਮ ਦਾ ਰੇਟ ਚੱਲ ਰਿਹਾ 20 ਰੁਪਏ 11 ਪੈਸੇ। ਆਸਟ੍ਰੇਲੀਆ ਦੇ ਡਾਲਰ ਦਾ ਰੇਟ ਚੱਲ ਰਿਹਾ ਹੈ 53 ਰੁਪਏ 29 ਪੈਸੇ। ਕੈਨੇਡਾ ਦੇ ਡਾਲਰ ਦਾ ਰੇਟ ਚੱਲ ਰਿਹਾ ਹੈ 58 ਰੁਪਏ 72 ਪੈਸੇ ਅਤੇ US ਡਾਲਰ ਰੇਟ ਚੱਲ ਰਿਹਾ ਹੈ 74 ਰੁਪਏ 22 ਪੈਸੇ। UK ਦੇ ਪੌਂਡ ਦਾ ਰੇਟ ਚੱਲ ਰਿਹਾ ਹੈ 100 ਰੁਪਏ 92 ਪੈਸੇ ਅਤੇ ਯੂਰੋ ਦਾ ਰੇਟ ਚੱਲ ਰਿਹਾ ਹੈ 84 ਰੁਪਏ 30 ਪੈਸੇ। ਇਸ ਦੇ ਨਾਲ ਹੀ ਆਪਾਂ ਵੀਡੀਓ ਖਤਮ ਕਰਦੇ ਹਾਂ। ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ। ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ।